सत श्री अकाल एपीमन चैनल देख रहे सारे दर्शकों का मैं राधिका शर्मा कर दी हां निक्का स्वागत। नगर कौंसल दी चोणा हुण पूरे जोबन ते होण करके अज वार्ड नंबर 1 कुराली तो खड़ी उम्मीदवार सीमा धीमान दे दफ्तर दा उद्घाटन किया गया। इस मौके उगे कांग्रेसी आगू कमलजीत सिंह चावला, हिमांशु धीमान, जसविंदर सिंह गोल्डी, सतनाम धीमान, लक्की कलसी, अमरीक सिंह पट्टी, नंद लाल धीमान तो इलावा होर भी नामवार शख्सियतां मौजूद सन। सीमा धीमान कांग्रेस पार्टी वालों चोन निशान हथ पंजे दे निशान ते चोणा लड़न जा रही है। इस मौके दी तस्वीरां देखण लई जुड़े रहो साडे एतिमान चैनल दे नाल। नवी नवी गतिविधियां देखण लई साडे चैनल नूं सबसक्राइब करो अते बैल आइकन दबाना ना भुलो। धन्नवाद। ਜਿਹੜੀ ਕੁੜੀ ਹੈ ਇਹ ਇਹਨਾਂ ਦੀ ਸੀਮਾ ਧੀਮਾਨ ਦੀ ਨਹੀਂ, ਆਮ ਕੰਨਿਆ ਹੈਗੀ। ਅਸੀਂ ਕੰਨਿਆ ਤੇ ਉਦਘਾਟਨ ਕਰਾ ਕੇ ਅੱਜ ਦਫ਼ਤਰ ਦਾ ਵਿਜੇ ਕਰਾਉਣੀ ਹੈ। ਠੀਕ ਹੈ ਜੀ, ਚੱਲ ਕੁੜੀਆ ਚੱਲ ਮੁੱਤੋ ਏ ਕਰਦੇ ਲਓ ਹੱਥ साडे बहुत ही सत्कार जो मेरे वार्ड के बजुर्ग माता ते भैणा और खास तौर पर यूथ कांग्रेस के मेरे साथी, इन्हों का असी बहुत तहे दिल से धन्यवाद करते हैं। जेडे अज सीमा धीमान जो कि वार्ड नंबर 1 तो कांग्रेस पार्टी की टिकट से इलेक्शन लड़न जा रहे हैं। इत्थे असी महाराजा कैप्टन अमरिंदर सिंह जी का, सुनील कुमार जाखड़ जी का, मनीष तिवाड़ी जी का, बलवीर सिंह सिद्धू, हरीश रावत जी, सरदार लाल सिंह जी का तह दिल से धन्यवाद करते हैं, जिन्होंने कि आज एक नौजवान लड़की को वार्ड की सेवा करने का मौका दिता। सो इत्थे मैं थोड़े चरणों में बेनती करना, देखो वार्ड के विच हरेक बंदे नूं मौका मिलना चाहिए। पिछले लंबे समय से काबज कई बंदे होंगे, अज मैं थोड़े चरणों में बेनती करदा खास तौर पर वार्ड वासियों के, भी तुसी आने वाली 14 तरीक न अपनी एक एक कीमती वोट पा के सीमा धीमान नूं कामयाब बनाओ। देखो इन्हां दे विच कई दौर चलने हैं,
ਸਾਡੇ ਇੱਥੇ ਆਜ਼ਾਦ ਬੰਦੇ ਵੀ ਖੜਨ ਜਾ ਰਹੇ ਹੈ ਜਿਨ੍ਹਾਂ ਨੂੰ ਇਹ ਟਿਕਟ ਹਜ਼ਮ ਨਹੀਂ ਹੁੰਦੀ। ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਦੀ ਪਿੱਠ 'ਤੇ ਛੁਰਾ ਨਹੀਂ ਖੋਪਣਾ ਚਾਹੀਦਾ। ਵੱਡੇ ਵੱਡੇ ਲੀਡਰਾਂ ਦੇ ਕੋਈ ਥਾਪੜੇ ਚਾ ਕੇ ਤੁਸੀਂ ਇਸ ਤਰੀਕੇ ਦੇ ਕੋਈ ਗੱਲ ਨਾ ਕਰੋ ਜਿਹਦੇ ਨਾਲ ਕਾਂਗਰਸ ਪਾਰਟੀ ਦੇ ਪਿੱਠ 'ਤੇ ਛੁਰਾ ਖੋਪਿਆ ਜਾਵੇ। ਸੋ ਮੈਂ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ, ਖਾਸ ਤੌਰ 'ਤੇ ਮੈਂ ਆਪਣੇ ਵੱਡੇ ਭਰਾ ਹੈਪੀ ਧਮਾਨ ਜੀ ਨੂੰ ਵੀ ਤੁਸੀਂ ਆਓ, ਆਪਾਂ ਰਲ ਕੇ ਵਾਰਡ ਦੇ ਵਿੱਚ ਸੀਮਾ ਧਮਾਨ ਨੂੰ ਜਿਤਾਈਏ ਤਾਂ ਕਿ ਇਹ ਵੀ ਤੁਹਾਡੀ ਫੈਮਿਲੀ ਦੇ ਵਿੱਚੋਂ ਹੈ ਔਰ ਅਸੀਂ ਆਪਣੀ ਨਗਰ ਕੌਂਸਲ ਕਮੇਟੀ ਦੇ ਵਿੱਚ ਸਰਕਾਰ ਬਣਾਈਏ ਔਰ ਸਾਰੇ ਬੰਦੇ ਰਲ ਕੇ ਸ਼ਹਿਰ ਦਾ ਵਿਕਾਸ ਕਰੀਏ। ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਕਾਬਜ ਜਿਹਨੇ ਸ਼ਹਿਰ ਦਾ ਬੇੜਾ ਗਰਕ ਕਰ ਦਿੱਤਾ। ਅਸੀਂ ਇਹ ਵਾਅਦਾ ਕਰਦੇ ਹਾਂ ਸੀਮਾ ਧਮਾਨ ਵੱਲੋਂ, ਜਦੋਂ ਤੁਸੀਂ ਵਾਰਡ ਵਾਸੀ ਸ਼ਹਿਰ ਵਾਸੀ ਸੀਮਾ ਧਮਾਨ ਨੂੰ ਜਿਤਾ ਕੇ ਹਾਊਸ ਦੇ ਵਿੱਚ ਪਹੁੰਚਾਉਂਗੇ ਤਾਂ ਅਸੀਂ ਹਾਊਸ ਦੇ ਵਿੱਚ ਸਭ ਤੋਂ ਪਹਿਲਾਂ ਮਤਾ ਲੇਡੀਜ਼ ਮਹਿਲਾ ਸ਼ਕਤੀ ਲਈ ਜਿਹੜਾ ਹੈਗਾ ਉਹ ਪਾਸ ਕਰਵਾਉਂਗੇ। ਸਾਰੇ ਵਾਰਡ ਦੇ ਵਿੱਚ CCTV ਕੈਮਰੇ ਲਵਾਉਣ ਦੀ ਅਸੀਂ ਜਿਹੜੀ ਹੈਗੀ ਆ ਸਭ ਤੋਂ ਪਹਿਲੀ ਪ੍ਰਪੋਜ਼ਲ ਤਿਆਰ ਕਰੀ ਹੈ, ਜਿਹਦੇ ਨਾਲ ਸਾਡੀਆਂ ਮਾਤਾਵਾਂ ਅਤੇ ਭੈਣਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਹੋ ਸਕੇ। ਜਿਸ ਤਰ੍ਹਾਂ ਕਿਸੇ ਮਾਤਾ ਦਾ ਕੋਈ ਗਾਂਟਾ ਟੁੱਟ ਜਾਂਦਾ, ਕੋਈ ਸਾਡਾ ਨੁਕਸਾਨ ਹੋ ਜਾਂਦਾ, ਇਸ ਤਰੀਕੇ ਨਾਲ ਅਸੀਂ ਕੋਈ ਵੀ ਜਿਹੜਾ ਹੈਗਾ ਨੁਕਸਾਨ ਨਹੀਂ ਹੋਊਗਾ। ਕਿਤੇ ਲੜਾਈ ਝਗੜਾ ਹੁੰਦਾ, ਪੁਲਿਸ ਪਰੇਸ਼ਾਨ ਹੁੰਦੀ ਹੈ, ਕਿਤੇ ਚੋਰ ਚੱਕੇ ਆਉਂਦੇ ਹੈ, ਉਹਨਾਂ ਵਾਸਤੇ ਵੀ ਲੋਕ ਪਰੇਸ਼ਾਨ ਹੁੰਦੇ ਆ। ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰਪੋਜ਼ਲਾਂ ਉਹ ਲੈ ਕੇ ਆਉਂਦੇ ਔਰ ਮੈਂ ਖਾਸ ਤੌਰ 'ਤੇ ਇੱਥੇ ਧੰਨਵਾਦ ਕਰਦਾ ਸਾਡੇ 'ਚ ਸਾਡੀ ਮਹਿਲਾ ਕਾਂਗਰਸ ਦੇ ਪ੍ਰਧਾਨ ਸਵਰਨਜੀਤ, ਮੇਰੀ ਵੱਡੀ ਭੈਣ ਪਹੁੰਚੀ, ਜਿਨ੍ਹਾਂ ਦਾ ਇਸ ਟਿਕਟ ਦਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਹਿਲਾ ਕਾਂਗਰਸ ਦੇ ਮੈਡਮ ਪਰਮਜੀਤ ਜੀ ਔਰ ਨਾਲ ਆਈਆਂ ਮੇਰੀਆਂ ਭੈਣਾਂ ਮਹਿਲਾ ਤੋਂ ਮੈਂ ਸਾਰਿਆਂ ਦਾ ਬਹੁਤ ਤਹਿ ਦਿਲ ਦੇ ਧੰਨਵਾਦ ਕਰਦਾ ਜਿਹੜੇ ਅੱਜ ਸੀਮਾ ਰਾਣੀ ਨੂੰ ਆਸ਼ੀਰਵਾਦ ਦੇਣ ਆਏ ਹੈ ਔਰ ਮੈਂ ਉਮੀਦ ਕਰਦਾ ਤੁਸੀਂ ਸਾਰੇ ਆਸ਼ੀਰਵਾਦ ਦੇ ਕੇ ਇਹਨੂੰ 14 ਤਰੀਕ ਨੂੰ ਇੱਕ ਇੱਕ ਵੋਟ ਆਪਣੀ ਕਾਂਗਰਸ ਪਾਰਟੀ ਨੂੰ ਪਾ ਕੇ ਕਾਂਗਰਸ ਪਾਰਟੀ ਦਾ ਕੱਦ ਉੱਚਾ ਕਰੇ। ਚਾਵਲਾ ਜੀ, ਕੀ ਲੱਗਦਾ ਹੈ ਜਿਹੜੇ ਅੱਜ ਕਾਂਗਰਸ ਪਾਰਟੀ ਦੇ ਮਿਲਕਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਵੀ ਆਜ਼ਾਦ ਲੜ ਰਹੇ ਨੇ, ਕੀ ਉਹਨਾਂ ਦੇ ਪਾਰਟੀ ਵੱਲੋਂ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੀ? ਦੇਖੋ, ਜਿਹੜਾ ਕਾਂਗਰਸ ਪਾਰਟੀ ਦੀ ਪਿੱਠ 'ਚ ਛੁਰਾ ਖੋਪੂਗਾ ਉਹਦੇ ਖਿਲਾਫ਼ 100% ਕਾਰਵਾਈ ਹੋਣੀ ਚਾਹੀਦੀ ਹੈ। ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਰਹਿ ਚੁੱਕਿਆ ਔਰ ਖੜੂਗਾ ਉਹਦੇ ਖਿਲਾਫ਼ 100% ਕਾਰਵਾਈ। ਮੈਡਮ, ਕੁਰਾਲੀ ਦੇ ਵਾਰਡ ਨੰਬਰ 1 ਤੋਂ ਸੀਮਾ ਧਮਾਨ ਨੂੰ ਟਿਕਟ ਮਿਲੀ ਹੈ, ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਫ਼ੀ ਮੀਟਿੰਗਾਂ ਉਹਨਾਂ ਨੇ ਅਟੈਂਡ ਵੀ ਕੀਤੀਆਂ, ਕੀ ਕਹਿਣਾ ਚਾਹੁੰਦੇ ਹੋ ਸੀਮਾ ਧਮਾਨ ਨੂੰ? ਮੈਂ ਪਹਿਲਾਂ ਤਾਂ ਮੁਬਾਰਕਾਂ ਦੇਣੀ ਹੈ ਬਹੁਤ ਬਹੁਤ ਆਪਣੀ ਛੋਟੀ ਭੈਣ ਨੂੰ, ਜਿਸ ਨੂੰ ਕਿ ਆਪਣੇ ਕਾਂਗਰਸ ਪਾਰਟੀ ਨੇ ਵਿਸ਼ਵਾਸ ਕਰਕੇ ਇਲੈਕਸ਼ਨ ਇਸਨੂੰ MC ਦੀ ਟਿਕਟ ਦਿੱਤੀ ਹੈ ਤਾਂ ਕਿ ਆਪਣੇ ਵਾਰਡ ਦਾ ਪੁਰਜ਼ੋਰ ਅਪੀਲ ਕਰਦੀ ਹਾਂ ਮੈਂ ਇਹਨੂੰ ਪਹਿਲਾਂ ਕਿ ਪੁਰਜ਼ੋਰ ਵਾਰਡ ਦੀ ਸੇਵਾ ਕਰੂੰਗੀ ਅਤੇ ਪਾਰਟੀ ਦੀ ਮੈਂ ਥੈਂਕਸ ਕਰਦੀ ਹਾਂ ਕਿ ਮਹਿਲਾ ਕਾਂਗਰਸ ਵੱਲੋਂ ਸੀਮਾ ਧਮਾਨ ਨੂੰ ਟਿਕਟ ਦਿੱਤੀ ਗਈ। ਅੱਜ ਜਿਹੜਾ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਕੀਤਾ, ਕਿਹੜਾ ਗੁਰ ਹੈ ਜਿਹੜਾ ਤੁਸੀਂ ਉਹਨਾਂ ਨੂੰ ਦੇ ਰਹੇ ਕਿਉਂਕਿ ਤੁਸੀਂ ਕਾਫ਼ੀ ਰਾਜਨੀਤੀ 'ਚ ਹੰਢੇ ਹੋਏ ਹੋ? ਮੇਰਾ ਸਭ ਤੋਂ ਪਹਿਲਾਂ ਏਮ ਹੈਗਾ ਸੋਸ਼ਲ ਸੇਵਾ, ਸਮਾਜ ਸੇਵਾ। ਪਾਰਟੀਆਂ ਦੇਖੋ ਆਪਣੀ ਜਗ੍ਹਾ, ਜਿਹੜੀ ਸਮਾਜ ਸੇਵਾ ਹੈ, ਮੈਨੂੰ ਸੀਮਾ ਨੂੰ ਇਹੀ ਕਹੂੰਗੀ ਕਿ ਜੋ ਤੇਰੇ ਵਾਰਡ ਦੀ ਸੇਵਾ ਹੈ, ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਭ ਦਾ ਆਸ਼ੀਰਵਾਦ ਲੈ ਕੇ ਨਾਲ ਚੱਲਣਾ ਸਭ ਨੂੰ ਅਤੇ ਵਾਰਡ ਦੀ ਸੇਵਾ ਕਰਨੀ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਇਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਉਣਾ ਨਾ ਭੁੱਲੋ।